ਸਾਰਿਆਂ ਸਤਿ ਸ੍ਰੀ ਅਕਾਲ ਜੀ। ਪਰਮਜੀਤ ਸਿੱਧੂ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਬਣਾਵਾਂਗੇ, ਬੱਚਿਆਂ ਦਾ ਬਹੁਤ ਪਸੰਦੀਦਾ ਚੀਜ਼ ਬਣਾਵਾਂਗੇ। ਅੱਜ ਆਪਾਂ ਬਣਾ ਰਹੇ ਹਾਂ ਮੈਗੀ ਨੂਡਲਸ। ਮੈਗੀ ਨੂਡਲ ਹੈ, ਬੱਚਿਆਂ ਨੂੰ ਬਹੁਤ ਪਸੰਦ ਹੈ। ਖਾਣਾ ਭਾਵੇਂ ਲੈ ਕੇ ਜਾਣ ਭਾਵੇਂ ਨਾ ਜਾਣ, ਲੰਚ ਟਾਈਮ ਦੇ ਵਿੱਚ ਲੰਚ ਬੋਕਸ 'ਚ ਮੈਗੀ ਦਾ ਨਾਂ ਲੈ ਦਿਓ, ਨਾਲ ਦੀ ਨਾਲ ਕਹਿ ਦਿੰਦੇ ਟਿਫਨ ਤਿਆਰ ਕਰ ਦਿਓ। ਫਿਰ ਆਓ ਆਪਾਂ ਬਣਾਈਏ ਮੈਗੀ ਨੂਡਲਸ। ਇਹਦੇ ਵਾਸਤੇ ਮੈਂ ਤਿੰਨ ਜਿਹੜੇ ਹੈਗੇ ਪੈਕਟ ਲੈ ਲਏ ਆ ਮੈਗੀ ਨੂਡਲ ਦੇ, ਤਿੰਨ ਪੈਕਟ ਲੈ ਲਏ ਸੀਗੇ ਮੈਗੀ ਦੇ। ਤਾਂ ਤਿੰਨ ਹੀ ਨਾਲ ਹੈਗੇ ਆ ਜਿਹੜੇ ਮੈਗੀ ਮਸਾਲਾ ਦੇ ਆ, ਮੈਗੀ ਮੇਕਰ ਜਿਹਨੂੰ ਕਹਿ ਸਕਦੇ ਨੇ ਆਪਾਂ। ਔਰ ਨਾਲ ਥੋੜ੍ਹੀ ਜਿਹੀ ਇਹਨੂੰ ਹੈਲਦੀ ਬਣਾਉਣ ਵਾਸਤੇ ਮੈਂ ਥੋੜ੍ਹੀਆਂ ਜਿਹੀਆਂ ਫਰੈਸ਼ ਸਬਜ਼ੀਆਂ ਲਈਆਂ, ਥੋੜ੍ਹੀ ਜਿਹੀ ਗਾਜਰ ਲਈ ਹੈ, ਥੋੜ੍ਹੀ ਜਿਹੀ ਸ਼ਿਮਲਾ ਮਿਰਚ ਲਈ ਹੈ, ਕੈਪਸੀਕਮ ਔਰ ਥੋੜ੍ਹੀ ਜਿਹੀ ਫੁੱਲ ਗੋਭੀ ਲੈ ਲਈ ਹੈ। ਔਰ ਇਹਨੂੰ ਤੜਕਾ ਲਾਉਣ ਵਾਸਤੇ ਆਪਾਂ ਲਿਆ ਆ ਪਿਆਜ਼ ਸੀਗੇ ਜਿਹੜੇ ਸਪਰਿੰਗ ਅਨੀਅਨ ਲਏ ਸੀ ਮੈਂ, ਹਰਾ ਪਿਆਜ਼ ਉਹਦਾ ਵਾਈਟ ਵਾਲਾ ਹਿੱਸਾ ਅਲੱਗ ਕੱਟ ਲਿਆ ਸੀ ਔਰ ਗ੍ਰੀਨ ਵਾਲਾ ਅਲੱਗ ਕੱਟ ਲਿਆ ਸੀ। ਨਾਲ ਲਿਆ ਇੱਕ ਟਮਾਟਰ, ਤਾਂ ਉੱਤੋਂ ਗਾਰਨਿਸ਼ ਕਰਨ ਵਾਸਤੇ ਆਪਾਂ ਲਿਆ ਧਨੀਆ ਪੱਤਾ। ਬਣਾਵਾਂਗੇ ਆਪਾਂ ਥੋੜ੍ਹਾ ਜਿਹਾ ਜੀਓ ਕਨੋਲਾ ਆਇਲ ਪਾ ਕੇ। ਹੁਣ ਆਪਾਂ ਕੜਾਹੀ ਦੇ ਵਿੱਚ 2 ਚਮਚ ਪਾਵਾਂਗੇ ਤੇਲ, ਕੁਕਿੰਗ ਓਇਲ, ਜਦੋਂ ਆਪਣਾ ਕੁਕਿੰਗ ਓਇਲ ਗਰਮ ਹੋ ਗਿਆ ਤਾਂ ਇਹਦੇ ਵਿੱਚ ਪਾਵਾਂਗੇ ਆਪਾਂ ਮਸਾਲੇ ਜਿਹੜੇ ਮੈਂ ਦੱਸਣੇ ਭੁੱਲ ਗਈ ਸੀਗੀ। ਮਸਾਲੇ ਇਹਦੇ ਵਿੱਚ ਹੈਗੇ ਆ ਜਿਹੜੇ, ਉਹ ਜਾਊਗਾ ਆਪਣਾ ਸਿੰਪਲ ਹੀ, ਬਸ ਜੀਰਾ, ਨਮਕ, ਲਾਲ ਮਿਰਚ, ਗਰਮ ਮਸਾਲਾ ਅਤੇ ਥੋੜ੍ਹਾ ਹਲਦੀ ਪਾਊਡਰ। ਸਭ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਪਾਵਾਂਗੇ ਜੀਰਾ, ਜੀਰੇ ਤੋਂ ਬਾਅਦ ਪਿਆਜ਼, ਪਿਆਜ਼ ਹਲਕੇ ਜਿਹੇ ਹੋ ਗਏ, ਹੁਣ ਥੋੜ੍ਹੇ ਜਿਹੇ ਪਿਆਜ਼ ਆਪਣੇ ਹੋ ਗਏ, ਅੱਧਾ ਕੁ ਮਿੰਟ ਹੋਇਆ ਪਾਇਆ ਨੂੰ। ਹੁਣ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਮਟਰ। ਮਟਰ ਤੁਹਾਡੀ ਆਪਦੀ ਮਰਜ਼ੀ ਹੈ, ਹਰੇ ਫਰੈਸ਼ ਪਾਉਣੇ ਫਰੈਸ਼ ਪਾ ਲਓ, ਫਰੋਜ਼ਨ ਪਾਉਣੇ ਫਰੋਜ਼ਨ ਪਾ ਲਓ। ਮਟਰ, ਗਾਜਰ ਅਤੇ ਗੋਭੀ, ਇਹ ਤਿੰਨੇ ਚੀਜ਼ਾਂ ਪਾ ਕੇ ਆਪਾਂ ਇਹਨਾਂ ਨੂੰ 1-1.5 ਮਿੰਟ ਵਾਸਤੇ ਪਕਾਵਾਂਗੇ ਵੀ ਥੋੜ੍ਹੀਆਂ ਸੋਫਟ ਹੋ ਜਾਣਗੀਆਂ। ਕਿਉਂਕਿ ਮੈਨੂੰ ਸਵਾਲ, ਜਦੋਂ ਵੀ ਮੈਂ ਮੈਗੀ ਬਣਾਉਂਦੀ ਹਾਂ ਘਰੇ ਤਾਂ ਜਿਹੜੀਆਂ ਵੀ ਸੀਜ਼ਨੇਬਲ ਸਬਜ਼ੀਆਂ ਪਈਆਂ ਹੁਣ ਵਿੱਚ ਪੈਣ ਯੋਗ ਹੋਣ ਤਾਂ ਉਹ ਮੈਂ ਥੋੜ੍ਹੀਆਂ ਪਾ ਲੈਂਦੀ ਹੁੰਦੀ ਹਾਂ। ਇਹਦੇ ਨਾਲ ਨਾਲੇ ਤਾਂ ਟੇਸਟੀ ਹੋ ਜਾਂਦੀਆਂ, ਨਾਲੇ ਜਿਹੜੇ ਬੱਚੇ ਨਹੀਂ ਖਾਂਦੇ ਜਿਹੜੀ ਸਬਜ਼ੀ ਉਹ ਵੀ ਖਾ ਲੈਂਦੇ। ਹੁਣ ਇਹ 'ਚ ਪਾ ਲਈਏ ਆਪਾਂ ਦੂਸਰੀ ਸਬਜ਼ੀਆਂ ਨੂੰ, ਪੱਕਦਿਆਂ ਨੂੰ ਮਿੰਟ ਕੁ ਹੋ ਗਿਆ, ਹੁਣ ਵਿੱਚ ਪਾ ਦਾਂਗੇ ਸ਼ਿਮਲਾ ਮਿਰਚ ਅਤੇ ਟਮਾਟਰ। ਹੁਣ ਆਪਣੇ ਟਮਾਟਰ ਪਾਏ ਨੂੰ ਵੀ 30 ਸਕਿੰਟ ਹੋ ਚੱਲੇ ਆ, ਤਾਂ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਮਸਾਲੇ, ਥੋੜ੍ਹੀ ਜਿਹੀ ਹਲਦੀ, ਥੋੜ੍ਹਾ ਗਰਮ ਮਸਾਲਾ, ਬਾਕੀ ਨਮਕ ਮਿਰਚ ਜਿਹੜਾ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਵੀ ਪਾ ਸਕਦੇ ਹੋ। ਨਮਕ ਥੋੜ੍ਹਾ ਆਪਾਂ ਘੱਟ ਹੀ ਪਾਵਾਂਗੇ ਕਿਉਂਕਿ ਟੇਸਟ ਮੇਕਰ ਦੇ ਵਿੱਚ ਵੀ ਨਮਕ ਹੁੰਦਾ, ਬਾਕੀ ਬੱਚੇ ਉੱਤੋਂ ਟਮੈਟੋ ਸੌਸ ਪਾ ਕੇ ਖਾਂਦੇ ਆ ਤਾਂ ਉਹਦੇ ਵਿੱਚ ਵੀ ਨਮਕ ਹੁੰਦਾ। ਮਸਾਲੇ ਹੁਣ ਥੋੜ੍ਹੇ ਭੁੱਲ ਗਏ ਆਪਣੇ, ਹੁਣ
ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਪਾਣੀ ਜਿੰਨੇ ਆਪਣੇ ਕੋਲ ਪੈਕਟ ਮੈਗੀ ਦੇ ਆ ਉਨੇ ਗਲਾਸ ਆਪਾਂ ਪਾਣੀ ਦੇ ਪਾਵਾਂਗੇ ਹੁਣ ਇਹਨੂੰ ਢੱਕ ਦਾਂਗੇ ਜਿੰਨੀ ਦੇਰ ਤੱਕ ਪਾਣੀ ਨੂੰ ਉਬਾਲ ਆਉਂਦਾ ਉਬਾਲ ਆਉਣ ਤੱਕ ਇਹਨੂੰ ਢੱਕ ਕੇ ਆਪਾਂ ਪਕਾਵਾਂਗੇ ਪਾਣੀ ਨੂੰ ਆਪਣੇ ਨੂੰ ਜਦੋਂ ਇਸ ਤਰ੍ਹਾਂ ਉਬਾਲ ਆ ਗਿਆ ਫਿਰ ਆਪਾਂ ਵਿੱਚ ਪਾ ਦਾਂਗੇ ਮੈਗੀ ਮੈਗੀ ਦੇ ਮੈਂ ਘੱਟ ਹੀ ਪੀਸ ਕਰਕੇ ਖੁਸ਼ ਹਾਂ ਕਿਉਂਕਿ ਬੱਚੇ ਨਾ ਲੰਮੀ ਮੈਗੀ ਖਾਣੀ ਜ਼ਿਆਦਾ ਪਸੰਦ ਕਰਦੇ ਉੱਤੋਂ ਪਾ ਦਾਂਗੇ ਆਪਾਂ ਟੇਸਟ ਮੇਕਰ ਵਿੱਚ ਥੋੜਾ ਥੋੜਾ ਸੋਫਟ ਹੋਣ ਤੱਕ ਥੱਲੇ ਕਰ ਦਾਂਗੇ ਆਪਾਂ ਹੁਣ ਮੈਗੀ ਪਾ ਕੇ ਟੇਸਟ ਮੇਕਰ ਪਾ ਕੇ ਤਾਂ ਇੱਕ ਮਿੰਟ ਹੋ ਗਿਆ ਆਪਾਂ ਨੂੰ ਪਕਾਉਂਦਿਆਂ ਨੂੰ ਹਜੇ ਥੋੜਾ ਇਹਦੇ ਵਿੱਚ ਪਾਣੀ ਹੈਗਾ ਤਾਂ ਇਹਨੂੰ ਥੋੜਾ ਜਿਹਾ ਆਪਾਂ ਉੱਪਰੋਂ ਇਸੇ ਤਰ੍ਹਾਂ ਹੀ ਪਕਾਵਾਂਗੇ ਤਾਂ ਹੁਣ ਇਹਦੇ ਵਿੱਚ ਪਾ ਦਾਂਗੇ ਜਿਹੜੇ ਆਪਣੇ ਹੈਗੇ ਆ ਸਪਰਿੰਗ ਅਨੀਅਨ ਆਹਾ ਹਰਾ ਪਿਆਜ਼ ਤੱਕ ਹਰਾ ਜਿਸਾ ਲਓ ਜੀ ਅੱਧਾ ਕੁ ਮਿੰਟ ਆਪਾਂ ਹੋਰ ਪਕਾਈ ਆ ਅੱਧਾ ਪੌਣਾ ਕੁ ਮਿੰਟ ਤਾਂ ਉਸ ਤੋਂ ਬਾਅਦ ਹੁਣ ਜਿਹੜੀ ਹੈਗੀ ਆ ਮੈਗੀ ਵਧੀਆ ਬਣ ਚੁੱਕੀ ਹੈ ਗੈਸ ਦੀ ਫਲੇਮ ਕਰਾਂਗੇ ਆਪਾਂ ਔਫ ਇਹਦੀ ਕਰਾਂਗੇ ਆਪਾਂ ਪਲੇਟਿੰਗ ਬੱਚੇ ਜਦੋਂ ਕੋਫਤੇ ਲੰਬੇ ਲੰਬੇ ਨੂਡਲਸ ਲਪੇਟ ਕੇ ਖਾਂਦੇ ਆ ਨਾ ਫਿਰ ਜ਼ਿਆਦਾ ਖੁਸ਼ ਹੁੰਦੇ ਆ ਲਓ ਜੀ ਮੈਗੀ ਨੂਡਲਸ ਹੈ ਪਰ ਜਿਹੜੇ ਬਣ ਕੇ ਆਪਣੇ ਕੋਲ ਰੈਡੀ ਹੈ ਇਹਨੂੰ ਆਪਾਂ ਉੱਤੋਂ ਹੁਣ ਨੂਡਲਸ ਦਾ ਟੇਸਟ ਜਿਹੜਾ ਡਬਲ ਹੋ ਜਾਂਦਾ ਜਦੋਂ ਆਪਾਂ ਉੱਤੋਂ ਹਰਾ ਧਨੀਆ ਪਾਉਂਦੇ ਹਾਂ ਹਰਾ ਧਨੀਆ ਪਾ ਕੇ ਤਾਂ ਬਹੁਤ ਜ਼ਿਆਦਾ ਟੇਸਟੀ ਲੱਗਦਾ ਨਾਲ ਹੋਵੇ ਗਰਮ ਗਰਮ ਨੂਡਲ ਹੋਣ ਨਾਲ ਹੋਵੇ ਟਮੈਟੋ ਸੌਸ ਤਾਂ ਬਹੁਤ ਵਧੀਆ ਹਲਕੀ ਫੁਲਕੀ ਭੁੱਖ ਤਾਂ ਮਿੰਟੋ ਮਿੰਟ ਹੀ ਖਤਮ ਤਾਂ ਮੇਰੀ ਮੈਗੀ ਨੂਡਲ ਕਿਸ ਤਰ੍ਹਾਂ ਦੀ ਲੱਗੇ ਇਹਨੂੰ ਤੁਸੀਂ ਆਪ ਵੀ ਬਣਾਉਣਾ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਵੇ ਤਾਂ ਇਹਨੂੰ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਸ਼ੇਅਰ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਘੰਟੀ ਵਾਲਾ ਬਟਨ ਦਬਾਉਣਾ ਨਾ ਭੁੱਲਣਾ ਤਾਂ ਕਿ ਮੇਰੀ ਆਉਣ ਵਾਲੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ